ਦੋਨੋਂ ਟੀਮਾਂ ਵਾਸਤੇ। ਪਰ ਵੈਨਕੂਵਰ ਇਸ ਗੇਮ ਦੇ ਵਿੱਚ ਭਾਵੇਂ ਹਾਰਦੇ ਸੀ ਵਾਪਸ ਆ ਕੇ ਜਿੱਤ ਗਏ। ਤੁਹਾਡਾ ਵੀ ਅਸੀਂ ਵਾਪਸ ਸਾਡੇ ਸਟੂਡੀਓ ਦੇ ਵਿੱਚ ਨਿੱਘਾ ਸਵਾਗਤ ਕਰਦੇ ਹਾਂ। ਅਤੇ ਅੱਜ ਭੁਪਿੰਦਰ ਸਿੰਘ ਹੁੰਦਲ ਅਤੇ ਸੁਰਿੰਦਰ ਚਾਹਲ ਜੀ ਮੇਰੇ ਨਾਲ ਸਾਥ ਦੇ ਰਹੇ ਨੇ। ਮੈਂ ਹਾਂ ਤੁਹਾਡਾ ਹੋਸਟ ਹਰਨਾਰਾਇਣ ਸਿੰਘ। ਪਹਿਲਾਂ ਆਪਾਂ ਦੇਖੀਏ ਕਿ ਮੁਕਾਬਲੇ ਵਿੱਚ ਹੋਇਆ ਕੀ ਸੀ। ਵੈਨਕੂਵਰ ਅਤੇ ਸੈਨ ਹੋਜ਼ੇ ਦਾ ਜਿਹੜਾ ਮੁਕਾਬਲਾ, ਪਹਿਲੇ ਪੀਰੀਅਡ ਦੇ ਵਿੱਚ ਵਲਾਸਿਕ ਦਾ ਸ਼ਾਟ, ਉਸ ਤੋਂ ਬਾਅਦ ਰੀਬਾਊਂਡ ਅਤੇ ਗੋਲ ਮੈਲਕੀ ਕਾਰਲਸਨ ਦਾ। ਰੀਬਾਊਂਡ ਮੋਰੇ ਛੱਡਿਆ ਲੈਕ ਨੇ ਤਾਂ ਕਾਰਲਸਨ ਦਾ ਵਧੀਆ ਸ਼ਾਟ ਤਾਂ ਕਰ ਗਿਆ, ਬਹੁਤ ਹੀ ਸ਼ਾਨਦਾਰ ਗੋਲ ਸੀ। ਸੋ 1-0 ਜਿੱਤ ਰਹੇ ਸੀ ਸੈਨ ਹੋਜ਼ੇ। ਉਸ ਤੋਂ ਬਾਅਦ ਦੇਖੋ ਕਿਸ ਤਰ੍ਹਾਂ ਇਹ ਵੀ ਗੋਲ ਬਣਿਆ, ਜੋ ਤੋੜ ਨੈੱਟ ਦਾ ਦਰਵਾਜ਼ਾ ਖਾਲੀ, ਕੋਈ ਕਸਰ ਨਹੀਂ ਛੱਡੀ। ਐਡੀ ਲੈਕ ਦੀ ਐਫਰਟ ਵਿੱਚ ਥੋੜ੍ਹੀ ਜਿਹੀ ਕਮਜ਼ੋਰ ਰਹੀ ਕਿਉਂਕਿ ਉਹਨੇ ਪੋਜੀਸ਼ਨ ਨਹੀਂ ਬਣਾਈ ਅਤੇ ਉਹਦੇ ਲਈ ਗੋਲ ਕਰਨਾ ਸੌਖਾ ਸੀ। ਰੀਬਾਊਂਡ ਖੁੱਲ੍ਹਾ ਛੱਡ ਦਿੱਤਾ ਤਾਂ ਥੋੜ੍ਹ ਨੇ ਕਰਤਾ ਬਹੁਤ ਹੀ ਸੌਖਾ ਗੋਲ। ਸੋ 2-0 ਜਿੱਤ ਰਹੇ ਸੀ, ਲੱਗਦਾ ਸੀ ਵੀ ਸੈਨ ਹੋਜ਼ੇ ਨੇ ਇਸ ਗੇਮ 'ਤੇ ਮੋਹਰ ਲਾ ਦਿੱਤੀ, ਪਰ ਉਸੇ ਪਹਿਲੇ ਪੀਰੀਅਡ ਦੇ ਵਿੱਚ ਅਖੀਰਲੇ ਮਿੰਟ 'ਚ ਰੈਡਮ ਵਰਬੈਰਾ ਨੇ ਪੜ੍ਹਨੇ ਪਾ ਤਾ ਨਿਯਮੀ ਨੂੰ। ਕਮਾਲ ਦਾ ਗੋਲ ਜੀ, ਸ਼ਾਨਦਾਰ ਗੋਲ, ਇਹ ਬਚਾ ਗਏ ਪਹਿਲੇ ਪੀਰੀਅਡ ਦੇ ਵਿੱਚ ਕਨਕਸ। ਸੋ ਇਹ ਇੱਕ ਗੋਲ ਕਨਕਸ ਦਾ ਜਿਹੜਾ ਬਣ ਗਿਆ ਸੀ, ਸਿਰਫ ਇੱਕੋ ਇੱਕ ਗੋਲ ਦਾ ਫਰਕ ਰਹਿ ਗਿਆ ਸੀ। ਅਤੇ ਜਾਂਦੇ ਹਾਂ ਫਿਰ ਅਗਲੇ ਪੀਰੀਅਡ ਦੇ ਵਿੱਚ। ਦੂਜੇ ਪੀਰੀਅਡ ਦੇ ਵਿੱਚ ਜਦੋਂ ਸੀ ਮੌਕਾ, ਇੱਥੇ ਹੁਣ ਬੋ ਹੋਰ ਵੈਤਾ ਜੋ ਬਹੁਤ ਤੇਜ਼ ਰਫ਼ਤਾਰ ਨਾਲ ਮਿਹਨਤ ਕਰਕੇ ਉਹਨੇ ਆਪਣੇ ਆਪ ਗੋਲ ਬਣਾਇਆ। ਕਨਕਸ ਦਾ ਨੌਜਵਾਨ ਖਿਡਾਰੀ ਸ਼ਾਰਟ ਹੈਂਡ ਬਣਾ ਕੇ ਅਪਰ ਡੈਕ ਦੇ ਵਿੱਚ ਪਾ ਕੇ ਪੂਰੀ ਗੇਮ ਚੇਂਜ ਕਰਦੀ ਕਨਕਸ ਦੇ ਹੱਕ ਦੇ ਵਿੱਚ। ਸੋ ਇੱਥੇ ਨਿਯਮੀ ਨੂੰ ਬਿਲਕੁਲ ਭੁਲੇਖੇ ਦੇ ਵਿੱਚ ਪਾ ਕੇ ਗੋਲ ਬਣਾ ਗਿਆ ਅਤੇ ਇਸ ਕਾਰਨ 2-2 ਅਤੇ ਬਰਾਬਰ ਸੀ ਮੁਕਾਬਲਾ। ਅਤੇ ਇੱਥੇ ਫਿਰ ਦੇਖਦੇ ਹਾਂ ਕਿ ਕਿਸ ਤਰ੍ਹਾਂ ਮੁਕਾਬਲਾ ਤੀਜੇ ਪੀਰੀਅਡ ਦੇ ਵਿੱਚ ਜਦੋਂ ਗਿਆ ਅਤੇ ਵੈਨਕੂਵਰ ਕਨਕਸ ਨੇ ਪਹਿਲੀ ਵਾਰ ਫਿਰ ਇਸ ਮੁਕਾਬਲੇ ਦੇ ਵਿੱਚ ਲੀਡ ਫੜੀ ਅਤੇ ਉਹ ਸੀ ਸਾਰੀ ਦੀ ਸਾਰੀ ਮਿਹਨਤ ਡੈਨੀਅਲ ਸਰੀਨ ਦਾ ਪਾਸ ਅਤੇ ਉਡੀਕ ਕਰਕੇ ਵਰਬੈਰਾ ਨੇ ਟੰਗ ਦਿੱਤੀ ਪਾਕ। ਆਮ ਤੌਰ 'ਤੇ ਫੇਸ ਆਫ ਦੇ ਵਿੱਚ ਬਹੁਤ ਵਧੀਆ ਨਹੀਂ ਕੰਮ ਕਰਦੇ ਕਨਕਸ, ਪਰ ਇੱਥੇ ਵਧੀਆ ਕੰਮ ਕਰਕੇ ਇਹਨਾਂ ਨੇ ਪੋਜੈਸ਼ਨ ਬਣਾ ਲਿਆ ਤਾਂ ਇਸੇ ਕਾਰਨ ਵਰਬਾਟਾ ਦੀ ਦੇਖੋ ਕਿੰਨੀ ਪੇਸ਼ੈਂਸ ਸੀ, ਆਰਾਮ ਦੇ ਨਾਲ ਉਹਨੇ ਪੱਕ ਉੱਪਰਲੇ ਖੁੰਜ ਦੇ ਵਿੱਚ ਟਾਲ ਦਿੱਤਾ ਤਾਂ ਇਸ ਦੇ ਨਾਲ ਕਨਕਸ ਜੇਤੂ। ਸੋ ਇੱਥੇ ਇੱਕ ਗੋਲ ਦੇ ਫਰਕ ਦੇ ਨਾਲ ਜਿੱਤ ਪ੍ਰਾਪਤ ਕੀਤੀ। ਆਪਾਂ ਦੱਸਿਆ ਸੀ ਮਹੱਤਵਪੂਰਨ ਗੇਮ ਸੀ ਸਟੈਂਡਿੰਗਸ ਮੁਤਾਬਕ, ਤੁਹਾਡੇ ਹਿਸਾਬ ਨਾਲ ਭੁਪਿੰਦਰ ਜੀ ਫਿਰ ਇਹ ਗੇਮ ਦੀ ਮਹੱਤਤਾ ਸਟੈਂਡਿੰਗਸ ਮੁਤਾਬਕ ਇਹ ਕੀ ਮਹੱਤਤਾ ਰੱਖਦੀ ਹੈ? ਬਹੁਤ ਵੱਡੀ ਜਿੱਤ ਹੈਗੀ ਕਨਕਸ ਲਈ, 2 ਪੁਆਇੰਟਸ ਦੇ ਅੱਗੇ ਨਾਲ ਕੈਲਗਰੀ ਦੇ ਨਾਲੋਂ, 3 ਪੁਆਇੰਟਸ ਦਾ ਫਰਕ ਪੈ ਗਿਆ ਐਲਏ ਦੇ ਨਾਲ, ਸੈਨ ਹੋਜ਼ੇ ਬਹੁਤ ਹੀ ਜ਼ਿਆਦਾ ਪਿੱਛੇ ਰਹਿ ਗਏ। ਸੋ ਇਸ ਵੇਲੇ ਦਰਸ਼ਕੋ ਕਿੰਨੀਆਂ ਕੈਨੇਡੀਅਨ ਸ਼ਹਿਰਾਂ ਦੀਆਂ ਟੀਮਾਂ ਪਲੇਆਫ ਦੀ ਜ਼ਿੰਦਗੀ ਵਾਸਤੇ ਲੜ ਰਹੇ ਹਨ, ਯਾਦ ਕਰਾਈਏ ਅਗਲੇ ਹਫ਼ਤੇ ਕੀ ਹੋਵੇਗਾ ਕਿ ਵੈਨਕੂਵਰ ਦਾ ਮੁਕਾਬਲਾ ਟੋਰਾਂਟੋ ਨਾਲ ਹੋਵੇਗਾ। ਹਮੇਸ਼ਾ ਹੀ ਦਿਲਚਸਪ ਹੁੰਦਾ ਜਦੋਂ ਇਹ ਦੋਨੋਂ ਟੀਮਾਂ ਆਪਸ ਵਿੱਚ ਟੱਕਰਦੀਆਂ ਅਤੇ ਫਿਰ ਉਸ ਤੋਂ ਬਾਅਦ ਪਲੇਆਫ ਵਾਲੀ ਸ਼ਾਇਦ ਟੀਮ ਹੋਵੇ ਕੈਲਗਰੀ ਫਲੇਮਸ, ਉਹਨਾਂ ਦਾ ਮੁਕਾਬਲਾ ਕੋਲੋਰਾਡੋ ਨਾਲ ਹੋਵੇਗਾ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ, ਕੀਮਤੀ ਸਮਾਂ ਤੁਸੀਂ ਸਾਡੇ ਨਾਲ ਕੱਢਿਆ। ਤੁਸੀਂ ਦੇਖ ਰਹੇ ਸੀ ਹਾਕੀ ਨਾਈਟ ਇਨ ਕੈਨੇਡਾ ਪੰਜਾਬੀ ਵਿੱਚ ਆਮਨੀ ਟੀਵੀ 'ਤੇ, ਜੋ ਕਿ ਸ਼ੈਵਰਲੇ ਵੱਲੋਂ ਪੇਸ਼ ਕੀਤੀ ਜਾ ਰਹੀ ਹੈ। ਸ਼ੁਭ ਰਾਤਰੀ।